ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਪਿਛਲੇ ਦਿਨੀ ਹੋਲੇ ਮਹੱਲੇ ਦਾ ਜਿਹੜਾ ਦਿਹਾੜਾ ਸੀਗਾ ਉਹ ਲੰਘ ਕੇ ਗਿਆ ਆ, ਤੇ ਸੰਗਤਾਂ ਨੇ ਬਹੁਤ ਧੂਮਧਾਮ ਨਾਲ ਮਨਾਇਆ ਸੀਗਾ। ਤੇ ਪੰਜਾਬ ਦੇ ਵਿੱਚ ਅਨੰਦਪੁਰ ਸਾਹਿਬ ਕਾਫੀ ਸੰਗਤ ਦਰਸ਼ਨ ਕਰਨ ਦੇ ਲਈ ਗਈ, ਤੇ ਉੱਥੇ ਖਾਲਸਾ ਪੰਥ ਇਕੱਠਾ ਹੋਇਆ ਸੀਗਾ ਤੇ ਹੋਲੇ ਮਹੱਲੇ ਨੂੰ ਮਨਾਇਆ। ਤੇ ਉਸ ਤੋਂ ਬਿਨਾ ਹਜ਼ੂਰ ਸਾਹਿਬ ਦੀ ਕਾਫੀ ਸੰਗਤ ਹੋਲੇ ਮਹੱਲੇ ਤੇ ਜਾਂਦੀ ਹੁੰਦੀ ਹੈਗੀ, ਤੇ ਉੱਥੇ ਵੀ ਜਿਹੜਾ ਖਾਲਸੇ ਦਾ ਜਾਹੋ ਜਲਾਲ ਆ ਉਹ ਦੇਖਣੇ ਵਾਲਾ ਹੁੰਦਾ ਆ। ਤੇ ਮਹਾਰਾਜ ਨੇ ਕਿਰਪਾ ਕੀਤੀ ਕਿ ਇਸ ਵਾਰ ਆਪਾਂ ਨੂੰ ਕੈਨੇਡਾ ਦੇ ਵਿੱਚ ਹੋਲੇ ਮਹੱਲੇ ਦਾ ਜਿਹੜਾ ਦਿਨ ਸੀਗਾ ਉਹ ਮਨਾਉਣ ਦਾ ਮੌਕਾ ਮਿਲਿਆ। ਦਲ ਪੰਥ ਵੱਲੋਂ ਮਾਲਟਨ ਗੁਰੂ ਘਰ ਵਿਖੇ ਹੋਲਾ ਮਹੱਲਾ ਮਨਾਇਆ ਗਿਆ ਸੀਗਾ। ਦਸਮ ਗ੍ਰੰਥ ਸਾਹਿਬ ਦੇ ਭੋਗ ਪਾਏ ਗਏ, ਉਸ ਤੋਂ ਬਾਅਦ ਮਹੱਲਾ ਕੱਢਿਆ ਗਿਆ। ਕਾਫੀ ਸੰਗਤ ਉੱਥੇ ਇਕੱਠੀ ਹੋਈ ਸੀਗੀ, ਗੱਤਕੇ ਦੇ ਜੌਹਰ ਦਿਖਾਏ ਸਿੰਘਾਂ ਨੇ, ਤੇ ਉਹ ਸਾਰੀ ਜਿਹੜੀ ਵੀਡੀਓ ਸੀਗੀ ਉਹ ਮੈਂ ਬਣਾਈ ਆ। ਮੈਂ ਤੇ ਮੰਮੀ ਉੱਥੇ ਗਏ ਸੀਗੇ ਗੁਰੂ ਘਰ, ਅਸੀਂ ਕਾਫੀ ਟਾਈਮ ਅਸੀਂ ਉੱਥੇ ਰਹੇ ਹਾਂਗੇ, ਸਾਰਾ ਦਿਨ ਜਿੰਨਾ ਟਾਈਮ ਉੱਥੇ ਪ੍ਰੋਗਰਾਮ ਚੱਲਿਆ ਸੀਗਾ ਪਹਿਲਾਂ ਮਤਲਬ। ਤੇ ਮੇਰਾ ਫਸਟ ਐਕਸਪੀਰੀਅੰਸ ਸੀਗਾ ਦਲ ਪੰਥ ਵੱਲੋਂ ਜਿੱਦਾਂ ਮਹੱਲਾ ਕੱਢਿਆ ਜਾਂਦਾ, ਵੀਡੀਓ ਦੇ ਵਿੱਚ ਹੀ ਦੇਖਿਆ ਸੀਗਾ, ਤੇ ਮੈਂ ਪਹਿਲੀ ਵਾਰ ਲਾਈਵ ਦੇਖਿਆ ਆ। ਤੇ ਕੈਨੇਡਾ ਦੀ ਧਰਤੀ ਦੇ ਉੱਤੇ ਖਾਲਸੇ ਦਾ ਜਾਹੋ ਜਲਾਲ ਦੇਖਣੇ ਵਾਲਾ ਸੀਗਾ। ਬਹੁਤ ਜਿੰਨੀ ਵੀ ਸੰਗਤ ਉੱਥੇ ਗਈ ਸੀਗੀ ਸਾਰਿਆਂ ਨੂੰ ਬਹੁਤ ਆਨੰਦ ਆਇਆ ਹੋਣਾਗਾ, ਕਿਉਂਕਿ ਮਤਲਬ ਵੀ ਇੱਕ ਚੀਜ਼ ਆ ਨਾ ਕਿ ਸਾਰੇ ਜਿਹੜੇ ਸਿੰਘ ਸੀਗੇ ਦਲ ਪੰਥ ਵਾਲੇ ਜਿੰਨੇ ਸਿੰਘ ਸਿੰਘਣੀਆਂ ਉੱਥੇ ਪਹੁੰਚੇ ਸੀਗੇ ਸਾਰੇ ਬਾਣਿਆਂ ਦੇ ਵਿੱਚ ਆਏ ਹੋਏ ਸੀਗੇ, ਬੱਚੇ ਤੋਂ ਲੈ ਕੇ ਸਿੰਘਾਂ ਤੱਕ ਬਜ਼ੁਰਗਾਂ ਤੱਕ, ਹਨਾ, ਸਾਰਿਆਂ ਨੇ ਬਾਣੇ ਪਾਏ ਹੋਏ ਸੀਗੇ ਤੇ ਸਾਰੇ ਦਰਬਾਰ ਤਿਆਰ ਹੋ ਕੇ ਆਏ ਸੀਗੇ ਤੇ ਬਹੁਤ ਸੋਹਣੇ ਲੱਗ ਰਹੇ ਸੀਗੇ। ਤੇ ਫਿਰ ਸਾਰਾ ਜਿੰਨਾ ਵੀ ਮਤਲਬ ਗੱਤਕਾ ਜਦੋਂ ਖੇਡਿਆ, ਕਾਫੀ ਉੱਥੇ ਭੈਣਾਂ ਨੇ ਵੀ ਗੱਤਕੇ ਦੇ ਪ੍ਰਦਰਸ਼ਨ ਕੀਤੇ ਬੱਚਿਆਂ ਨੇ ਵੀ, ਤੇ ਉਹ ਜਿੰਨੀ ਕੁ ਵੀਡੀਓ ਮੈਥੋਂ ਮੈਂ ਬਣ ਸਕੀ ਉਹ ਮੈਂ ਬਣਾਈ। ਉਹਦੇ ਵਿੱਚ ਕੁਛ ਜ਼ਿਆਦਾ ਬੋਲਿਆ ਨਹੀਂ ਹੈਗਾ, ਜਿਵੇਂ ਵੀ ਉਹ ਚੱਲ ਰਿਹਾ ਸੀ ਉਹਨੂੰ ਉਸੇ ਤਰੀਕੇ ਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈਗੀ। ਤੇ ਤੁਸੀਂ ਵੀਡੀਓ ਨੂੰ ਪੂਰੀ ਦੇਖਿਓ, ਆਨੰਦ ਮਾਣਿਓ, ਤੁਹਾਨੂੰ ਵੀ ਬਹੁਤ ਵਧੀਆ ਲੱਗੂਗਾ ਵੀ ਖਾਲਸੇ ਨੂੰ ਇੱਦਾਂ ਕੈਨੇਡਾ ਦੀ ਧਰਤੀ ਉੱਤੇ ਆਪਣਾ ਦਿਹਾੜਾ ਮਨਾਉਂਦੇ ਹੋਏ ਦੇਖ ਕੇ। ਸ਼ਾਇਦ ਹੋਰ ਵੀ ਕੰਟਰੀਆਂ ਦੇ ਵਿੱਚ ਹੋਲਾ ਮਹੱਲਾ ਮਨਾਇਆ ਗਿਆ ਹੈ, ਕਾਫੀ ਵੀਡੀਓਸ ਦੇਖੀਆਂ ਸੀਗੀਆਂ। ਸਾਈ ਮੈਂ ਦਾ ਸਾਈ ਮੈਂ ਦਾ ਸਾਈ ਮੈਂ ਦਾ
ਸੋਨਾਲੀ ਜਾ ਓ ਰਾਮਾ ਦਾ
ਲੋ ਇਸ ਤੋਂ ਪਿੱਛੇ ਹੋ ਜਾਈਏ, ਇਹ ਰਸਗੁੱਲਾ ਕਰੀਏ, ਥੋੜੇ ਥੋੜੇ ਪਿੱਛੇ ਦੀ ਵਾਹ ਲੋ ਪਿੱਛੇ ਪਿੱਛੇ ਉਹਦਾ ਹੱਥ ਦੀ ਬਹੁਤ ਵਧੀਆ। ਹਾਂਜੀ ਨੌਜਵਾਨ ਨੂੰ ਬੇਨਤੀ ਕੀਤਾ ਹੈ ਵੀ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦਾ ਸੁਣਨਾ ਹੋਵੇ ਉਸ ਵੇਲੇ ਜਕਾਰੇ ਸਿਰਫ ਗੁਰੂ ਸਾਹਿਬ ਦੇ ਛੱਡੀਦੇ ਆ, ਸ਼ਹੀਦਾਂ ਸਿੰਘਾਂ ਦੇ ਜਕਾਰੇ ਵੀ ਠੀਕ ਆ, ਪਰ ਜਦੋਂ ਮਹਾਰਾਜ ਦੀ ਹਜ਼ੂਰੀ ਵਿੱਚ ਹੋਈਏ ਉਸ ਵੇਲੇ ਤਾਂ ਹੀ ਫਬਦਾ ਹੈ ਜੇ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਂ ਦੇ ਜਕਾਰੇ ਛੱਡੇ ਜਾਣ। ਬਾਬਾ ਜੀ ਫਤਿਹਨਾਮਾ ਜਿਹੜਾ ਆਹ ਫਤਿਹਨਾਮਾ ਜਿਹੜਾ
ਸਿੰਘੀ ਬਾਬਾ ਮਨਪ੍ਰੀਤ ਸਿੰਘ ਜੀ ਇਹਨਾਂ ਦਾ ਪੰਜਾਬ ਹੋਣ ਭਾਰ ਹੁੰਦਾ ਸੀ। ਫਿਰ ਬਾਬਾ ਜੀ ਖੇਡੇ ਆ ਗਏ, ਹੁਣ ਬਾਬਾ ਜੀ ਨਾਈ ਸੁਣ ਲੱਗੇ ਫੋਟੀ ਆਉਂਦੀ ਆ ਨਾਲ ਨਾਲ ਆ ਬਲੇ ਤੇਰੇ ਸ਼ਾਬਾਸ਼ ਆ ਪੈਂਡਣਾ ਦਾ ਬਾਬਾ ਮਾਲਪੁਰ ਦੇ ਕੋਲ ਆ ਉਧਰ ਗਿਆ ਹੁਣ ਘੇਰਾ ਹੀ ਹੋ ਗਿਆ ਕੇਕਾ। ਬਹੁਤ ਵਧੀਆ ਨੌਜਵਾਨੋ ਸ਼ਾਬਾਸ਼ ਛੋਕਰਾ, ਤੁਸੀਂ ਇੰਡੀਆ ਕਾਲਜ ਪੈਰ ਨਹੀਂ ਧਰਿਆ, ਕਾਲਜਾਂ ਦੇ ਬੰਦੇ ਹੋਣੇ ਸੀਗੇ ਜਦ ਤੁਸੀਂ ਉੱਥੇ ਜਾਣਾ ਸੀ। ਨਾ ਵੀ ਨੌਜਵਾਨ ਇੱਧਰ ਆ, ਕਿਆ ਬਾਤ ਹੈ। ਤੇ ਹੁਣ ਜੀ ਮਹੱਲੇ ਦੀ ਸਮਾਪਤੀ ਹੋਣ ਲੱਗੀ ਆ। ਕਿਵੇਂ ਲੱਗਿਆ ਵੀ ਪ੍ਰੋਗਰਾਮ? ਨਿਹੰਗ ਸਿੰਘਾਂ ਦਾ ਪ੍ਰੋਗਰਾਮ ਪਹਿਲੀ ਵਾਰ ਦੇਖਿਆ ਸੀ ਦਲ ਪੰਥ ਦਾ, ਤੇ ਹੋਲੇ ਮਹੱਲੇ ਦਾ ਪ੍ਰੋਗਰਾਮ ਸੀ।